ਇਸ ਵਾਰ ਮੰਜੇ ਬਿਸਤਰੇ ਇਕੱਠੇ ਕਰਨ 'ਚ ਉਨਾ ਮਜ਼ਾ ਨਹੀਂ ਆਇਆ ਜਿੰਨੇ 17 'ਚ ਆਇਆ ਸੀਗਾ, ਕਿਉਂਕਿ ਪੰਜਾਬ 'ਚ ਮੰਜੇ ਬਿਸਤਰੇ ਇਕੱਠੇ ਕਰਨ ਦਾ ਨਾ ਨਜ਼ਾਰਾ ਹੀ ਅਲੱਗ ਸੀਗਾ। ਹੈਲੋ, ਵੈਲਕਮ ਟੂ ਦ ਲਾਸਟ ਰਿਵਿਊ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਸਾਰੇ ਪੰਜਾਬੀਆਂ ਨੂੰ ਜਿੱਥੇ ਵੀ ਦੁਨੀਆ 'ਚ ਪੰਜਾਬੀ ਰਹਿੰਦੇ ਨੇ, ਉਹਨਾਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਕਿਉਂਕਿ 2019 ਦੀ ਵਿਸਾਖੀ ਵੀ ਬਿਲਕੁਲ 2017 ਵਰਗੀ ਆ। 2017 'ਚ ਵੀ ਵਿਸਾਖੀ ਵਾਲੇ ਦਿਨ ਗਿੱਪੀ ਬਾਈ ਦੀ ਮੰਜੇ ਬਿਸਤਰੇ ਰਿਲੀਜ਼ ਹੋਈ ਸੀਗੀ, ਅਤੇ 2019 ਯਾਨੀ ਅੱਜ ਵੀ ਗਿੱਪੀ ਬਾਈ ਦੀ ਮੰਜੇ ਬਿਸਤਰੇ 2 ਰਿਲੀਜ਼ ਹੋਈ ਹੈ। ਲੇਕਿਨ ਇਸ ਵਾਰ ਮੰਜੇ ਬਿਸਤਰੇ ਇਕੱਠੇ ਕਰਨ 'ਚ ਉਨਾ ਮਜ਼ਾ ਨਹੀਂ ਆਇਆ ਜਿੰਨਾ 17 'ਚ ਆਇਆ ਸੀਗਾ, ਕਿਉਂਕਿ ਪੰਜਾਬ 'ਚ ਮੰਜੇ ਬਿਸਤਰੇ ਇਕੱਠੇ ਕਰਨ ਦਾ ਨਜ਼ਾਰਾ ਹੀ ਵੱਖਰਾ ਸੀਗਾ। ਪੰਜਾਬ ਦਾ ਜਿਹੜਾ ਮਾਹੌਲ ਦਿਖਾਇਆ ਗਿਆ ਸੀਗਾ ਉਹ ਕਿਤੇ ਨਾ ਕਿਤੇ ਕੈਨੇਡਾ 'ਚ ਸੈਟਲ ਨਹੀਂ ਕਰ ਪਾਏ ਗਿੱਪੀ ਬਾਈ। ਸਟੋਰੀ ਗਿੱਪੀ ਬਾਈ ਦੀ ਆ, ਸਕਰੀਨ ਪਲੇ ਗਿੱਪੀ ਬਾਈ ਦਾ, ਅਤੇ ਮੈਂ ਗਿੱਪੀ ਬਾਈ ਦੇ ਫੈਨਸ ਤੋਂ, ਈਵਨ ਮੈਂ ਵੀ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ, ਪਰ ਮੈਂ ਆਲਰੇਡੀ ਮਾਫੀ ਮੰਗਣਾ ਚਾਹੁੰਦਾ ਕਿ ਸਟੋਰੀ ਨਾ ਉਹ ਲਿਖ ਨਹੀਂ ਪਾਏ। ਐਕਚੁਅਲੀ ਸਟੋਰੀ ਹਾਫ ਬੇਕਡ ਸਟੋਰੀ ਲੱਗਦੀ ਹੈ। ਤੁਹਾਨੂੰ ਲੱਗਿਆ ਕਿ ਮਤਲਬ ਫਿਲਮ ਚੱਲ ਤਾਂ ਰਹੀ ਹੈ ਲੇਕਿਨ ਫਿਲਮ ਦਾ ਕੀ ਹੋਏਗਾ, ਐਂਡ ਕੀ ਹੋਣਾ, ਕੋਈ ਸੀਨ ਤਾਂ ਬਣ ਹੀ ਨਹੀਂ ਰਿਹਾ, ਕੋਈ ਸਟੋਰੀ ਨਹੀਂ ਬਣ ਰਹੀ। ਸਟੋਰੀ ਬਣਦੀ ਹੈ ਜਾ ਕੇ ਇੰਟਰਵਲ ਤੋਂ ਵੀ ਬਾਅਦ, ਜਦੋਂ ਤੁਸੀਂ ਲਾ ਲਓ ਫਿਲਮ ਰਹਿੰਦੀ 30 ਅੱਧੇ ਘੰਟੇ ਦੀ 40 ਮਿੰਟ ਦੀ ਫਿਲਮ ਰਹਿ ਜਾਂਦੀ ਹੈ, ਉਦੋਂ ਜਾ ਕੇ ਸਟੋਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਕਿਨ ਉਹ ਵੀ ਬਹੁਤ ਪੁਰਾਣੇ ਤਰੀਕੇ ਦੀ, ਜਦੋਂ ਗੋਵਿੰਦਾ ਦੀ ਫਿਲਮ ਆਉਂਦੀ ਸੀ ਹੀਰੋ ਨੰਬਰ 1 ਟਾਈਪ, ਅਤੇ ਉਹ ਸਟੋਰੀ ਵੀ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੁਹਾਨੂੰ ਬਿਲਕੁਲ ਇੰਟਰਸਟ ਨਹੀਂ ਆਉਂਦਾ, ਕਿਉਂਕਿ ਬਹੁਤ ਪੁਰਾਣੀ ਲੱਗਦੀ ਹੈ ਕਿ ਆਪਾਂ ਇਹਨੂੰ ਕਈ ਵਾਰ ਦੇਖ ਚੁੱਕੇ ਹਾਂ। ਕਾਮੇਡੀ ਵੀ ਜਿਹੜੀ ਹੈਗੀ ਹੈ, ਫਸਟ ਹਾਫ 'ਚ ਤਾਂ ਬਿਲਕੁਲ ਕਾਮੇਡੀ ਨਹੀਂ ਹੈਗੀ, ਜਿਹੜੇ ਪੰਚਿਸ ਹੈਗੇ ਆ, ਜੋਕਸ ਹੈਗੇ ਆ, ਉਹ ਤੁਸੀਂ ਪੰਜਾਬੀ ਫਿਲਮਾਂ 'ਚ ਨਹੀਂ, ਹਿੰਦੀ 'ਚ ਵੀ ਬਹੁਤ ਵਾਰ ਸੁਣੇ ਹੋਣਗੇ। ਪੰਜਾਬੀ ਜਿਹੜਾ ਸਿਨੇਮਾ ਹੈ ਨਾ, ਉਹ ਸਪੈਸ਼ਲੀ ਕਾਮੇਡੀ ਨੂੰ ਲੈ ਕੇ ਬਹੁਤ ਉੱਪਰ ਤੱਕ ਚਲਾ ਗਿਆ। ਹੁਣ ਲੋਕਾਂ ਦੀ ਐਕਸਪੈਕਟੇਸ਼ਨ ਪੰਜਾਬੀ ਸਿਨੇਮਾ ਤੋਂ ਐਜ਼ ਫਾਰ ਐਜ਼ ਕਾਮੇਡੀ ਇਜ਼ ਕੰਸਰਨਡ ਬਹੁਤ ਉੱਤੇ ਦੀਆਂ ਹੋ ਗਈਆਂ, ਅਤੇ ਗਿੱਪੀ ਬਾਈ ਮਾਫ਼ ਕਰਿਓ ਲੇਕਿਨ ਇਸ ਫਿਲਮ 'ਚ ਤੁਸੀਂ ਉਹ ਕਾਮੇਡੀ ਦਾ ਲੈਵਲ ਲੈ ਕੇ ਨਹੀਂ ਆ ਪਾਏ। ਸਾਧੂ ਹਲਵਾਈ ਪ੍ਰੇਕ ਬਾਈ ਕਰਮਜੀਤ ਅਨਮੋਲ, ਜੋ ਪਹਿਲੀ ਫਿਲਮ 'ਚ ਉਹਨਾਂ ਦਾ ਰੋਲ ਸੀਗਾ, ਉਹ ਕਮਾਲ, ਸਭ ਤੋਂ ਵਧੀਆ ਰੋਲ ਐਕਚੁਅਲੀ ਉਹਨਾਂ ਦਾ ਹੀ ਸੀਗਾ, ਹੀ ਵਾਜ਼ ਸੈਂਟਰ ਆਫ ਦਾ ਸਰਕਲ। ਪਰ ਆਹ ਵਾਲੀ ਫਿਲਮ 'ਚ ਉਹਨਾਂ ਦਾ ਵੀ ਨਾ ਇਰੀਟੇਟਿੰਗ ਲੱਗਦਾ, ਸ਼ੁਰੂ 'ਚ ਉਹਨਾਂ ਨੂੰ ਇੰਨਾ ਜ਼ਿਆਦਾ ਪਾਤਾ ਨਾ ਫਿਲਮ 'ਚ ਕਿ ਬਸ ਪਹਿਲੀ ਫਿਲਮ 'ਚ ਲੋਕਾਂ ਨੇ ਪਸੰਦ ਕੀਤਾ, ਦੂਜੀ 'ਚ ਵੀ ਉਹੀ ਕਰਨਗੇ। ਪਹਿਲੇ 25-30 ਮਿੰਟ ਉਹ ਚੀਖਦੇ ਰਹਿੰਦੇ ਨੇ, ਤਾਂ ਤੁਹਾਨੂੰ ਕਿਤੇ ਨਾ ਕਿਤੇ ਇਰੀਟੇਟਿੰਗ ਵੀ ਲੱਗਦਾ ਉਹਨਾਂ ਦਾ ਬਿਹੇਵੀਅਰ। ਬਾਕੀ ਗਿੱਪੀ ਬਾਈ ਦੀ ਐਕਟਿੰਗ ਠੀਕ ਠਾਕ ਹੈ, ਲੇਕਿਨ ਸਟੋਰੀ ਸਕਰੀਨ ਪਲੇ ਕਿਤੇ ਲੈ ਕੇ ਨਹੀਂ ਜਾਂਦੇ ਫਿਲਮ 'ਚ, ਤੁਹਾਨੂੰ ਲੱਗਦਾ ਕਿ ਕਾਫ਼ੀ ਬੋਰ ਹੋ ਰਹੇ ਹਾਂ। ਹਾਲਾਂਕਿ ਸਿਰਫ 2 ਘੰਟੇ ਦੀ ਫਿਲਮ ਹੈ ਪਰ ਫਿਰ ਵੀ ਤੁਹਾਨੂੰ ਬਹੁਤ ਬੋਰ ਕਰਦੀ ਹੈ। ਸਿਮੀ ਚਹਿਲ ਬਹੁਤ ਸੋਹਣੀ ਲੱਗ ਰਹੀ ਹੈ ਫਿਲਮ 'ਚ, ਬਹੁਤ ਸੋਹਣੀ ਧਰਮ ਨਾਲ, ਅਤੇ ਐਕਸਪ੍ਰੈਸ਼ਨ ਉਹਨਾਂ ਦੇ ਹਾਈ ਕੈਮ ਨੇ। ਉਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਅਨੀਤਾ ਦੇਵਗਨ, ਆਹ 2 ਟੈਲੈਂਟਸ ਜਿਹੜੇ ਫਿਲਮ 'ਚ ਚੰਗੀ ਤਰ੍ਹਾਂ ਵੇਸਟ ਕੀਤੇ ਗਏ ਨੇ, ਪੂਰੀ ਚੰਗੀ ਤਰ੍ਹਾਂ, ਕੋਈ ਵੀ ਚੰਜ ਦਾ ਰੋਲ, ਕੋਈ ਸਕਰੀਨ ਟਾਈਮ ਨਹੀਂ ਦਿੱਤਾ ਗਿਆ ਇਹਨਾਂ ਨੂੰ, ਅਤੇ ਕੋਈ ਡਾਇਲੋਗਸ ਨਹੀਂ ਦਿੱਤੇ ਗਏ। ਅਨੀਤਾ ਦੇਵਗਨ ਸਪੈਸ਼ਲੀ, ਉਹ ਜਦੋਂ ਮਿਲਦੇ ਨੇ ਕੈਮਰੇ ਨਾਲ ਮਿਲਦੇ ਆ, ਫੋਨ ਦੇ ਨਾਲ ਸੈਲਫੀ ਲੈਂਦੇ ਹੋਈ, ਹਾਲਾਂਕਿ ਬਹੁਤ ਵੱਡਾ ਟੈਲੈਂਟ ਹੈ ਅਨੀਤਾ ਦੇਵਗਨ ਵੀ, ਲੇਕਿਨ ਉਹਨਾਂ ਨੂੰ ਯੂਟੀਲਾਈਜ਼ ਨਹੀਂ ਕੀਤਾ ਗਿਆ ਫਿਲਮ ਦੇ ਵਿੱਚ। ਫਿਲਮ ਸਿਰਫ ਗਿੱਪੀ ਗਰੇਵਾਲ, ਕਰਮਜੀਤ ਅਨਮੋਲ ਇਹਨਾਂ ਦੀ ਫੋਕਸ ਰੱਖੀ ਹੈ, ਬਾਕੀ ਲੋਕਾਂ ਨੂੰ ਫੋਕਸ ਨਹੀਂ ਕੀਤਾ ਗਿਆ, ਜਦੋਂ ਕਿ ਇੰਨੀ ਵੱਡੀ ਸਟਾਰਕਾ ਸੀਗੀ। ਮਿਊਜ਼ਿਕ ਦੀ ਗੱਲ ਕਰੀਏ ਤਾਂ ਮਿਊਜ਼ਿਕ ਇਜ਼ ਦਾ ਓਨਲੀ ਥਿੰਗ ਜਿਹਨੇ ਮੈਨੇਜ ਕੀਤਾ ਮੂਵੀ ਨੂੰ, ਜਿਹਨੇ ਮਤਲਬ ਬਾਕੀ ਚੀਜ਼ਾਂ ਦੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਗਿਆ। ਜਦੋਂ ਫਿਲਮ 'ਚ ਗਾਣਾ ਤਾਂ ਤੁਸੀਂ ਜਾਗ ਜਾਂਦੇ ਹੋ ਕਿ ਹਾਂ ਗਾਣਾ, ਕਿਉਂਕਿ ਬੈਕਗਰਾਊਂਡ ਸਕੋਰ ਬਹੁਤ ਵਧੀਆ। ਸਪੈਸ਼ਲੀ ਜਦੋਂ ਮੰਜੇ ਬਿਸਤਰੇ ਟਾਈਟਲ ਟਰੈਕ ਚੱਲਦਾ ਸੰਗ ਬੈਨ ਛੱਤਰ ਗਿੱਲ, ਉਹ ਨਜ਼ਾਰਾ ਹੀ ਆ ਜਾਂਦਾ ਫਿਲਮ 'ਚ, 2-3 ਵਾਰ ਆਉਂਦਾ ਉਹ, ਪਰ ਨਜ਼ਾਰਾ ਬਣ ਜਾਂਦਾ ਪੂਰਾ। ਸੋ ਐਹ ਸੀ ਮੇਰੇ ਮੰਜੇ ਬਿਸਤਰੇ 2 ਦੇ ਰਿਵਿਊਜ਼। ਠੀਕ ਹੈ, 1 ਟਾਈਮ ਵਾਚ ਤੁਸੀਂ ਕਹਿ ਸਕਦੇ ਫਿਲਮ ਨੂੰ, ਪਰ ਹਾਂ ਜੇ ਤੁਸੀਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਫਿਲਮ ਜ਼ਰੂਰ ਪਰੇਸ਼ਾਨ ਕਰੇਗੀ, ਕਿਉਂਕਿ ਇੱਦਾਂ ਦਾ ਕੁਝ ਵੀ ਨਹੀਂ ਪਾਇਆ ਗਿਆ ਫਿਲਮ 'ਚ, ਸਿਵਾਏ ਕੈਨੇਡਾ ਦੇ ਲੈਂਡਸਕੇਪ ਲਿੱਤੇ ਗਏ ਜਿਹੜੇ ਉਹ ਬਹੁਤ ਬਿਊਟੀਫੁਲੀ ਦਿਖਾਇਆ ਗਿਆ, ਜਿਹੜੀ ਸਿਨੇਮੇਟੋਗ੍ਰਾਫੀ ਅੱਛੀ ਕੀਤੀ ਗਈ ਹੈ ਕੈਨੇਡਾ ਨੂੰ ਲੈ ਕੇ, ਪਰ ਉਸ ਤੋਂ ਇਲਾਵਾ ਫਿਲਮ 'ਚ ਕੁਝ ਜ਼ਿਆਦਾ ਮਜ਼ਾ ਨਹੀਂ ਆਏਗਾ ਤੁਹਾਨੂੰ। ਸੋ ਆਈ ਵੁੱਡ ਗਿਵ 2 star out of 5 ਟੂ ਮੰਜੇ ਬਿਸਤਰੇ 2। ਐਹ ਸੀ ਮੇਰੇ ਰਿਵਿਊਜ਼, ਜੇ ਤੁਹਾਨੂੰ ਪਸੰਦ ਆਏ ਹੋਣ ਤਾਂ ਸ਼ੇਅਰ ਜ਼ਰੂਰ ਕਰਿਓ, ਲਾਈਕ ਜ਼ਰੂਰ ਕਰਿਓ ਵੀਡੀਓ ਨੂੰ, ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਮੇਰਾ ਚੈਨਲ। ਬੈਲ ਬਟਨ ਦਬਾਉਣਾ ਨਾ ਭੁੱਲਿਓ, ਕਿਉਂਕਿ ਮੈਂ ਜਿਹੜੀ ਵੀਡੀਓ ਅਪਲੋਡ ਕਰੂੰਗਾ ਤੁਹਾਨੂੰ ਨੋਟੀਫਿਕੇਸ਼ਨ ਉਦੋਂ ਹੀ ਮਿਲਣੀ ਹੈ ਮੇਰੀ। ਸੋ ਦੋਸਤੋ, ਇਹ ਸੀ ਮੇਰੇ ਰਿਵਿਊਜ਼, ਮਿਲਦੇ ਹਾਂ ਅਗਲੇ ਕਿਸੇ ਵੀਡੀਓ ਨਾਲ, ਕਿਸੇ ਟੀਜ਼ਰ ਟ੍ਰੇਲਰ ਰਿਐਕਸ਼ਨ ਜਾਂ ਮੂਵੀ ਰਿਵਿਊ ਨਾਲ। ਟਿਲ ਦੈਨ, ਬਾਏ ਬਾਏ, ਥੈਂਕ ਯੂ ਫਾਰ ਵਾਚਿੰਗ।